अपनी मांगों को लेकर किसान केंद्र सरकार के खिलाफ रोष प्रदर्शन कर रहे हैं। वहीं अब दूसरी ओर पंजाब भर में काम कर रही आशा वर्करों ने भी केंद्र सरकार के खिलाफ मोर्चा खोल दिया है और अपनी मांगों को लेकर आज पंजाब के 3 जिलों मोगा, फिरोजपुर और फतेहगढ़ साहिब में हजारों की गिनती में पंजाब के सरकारी अस्पतालों में काम कर रही आशा वर्कर्स केंद्र सरकार के खिलाफ अपनी मांगों को लेकर सड़कों पर उतर आई हैं। उनकी मांग है कि वह लंबे समय से 1500 से 2000 रुपए के भत्ते पर काम कर रही हैं। आशा वर्करों की मांग है कि केंद्र सरकार बजट में उनके लिए जो फंड है उसको दिया जाए और हमें एक 21000 रुपए सैलरी फिक्स पक्का की जाए। ਪ੍ਰਧਾਨ ਮਨਦੀਪ ਕੌਰ ਦੀ ਦਾਰੇਵਾਲਾ ਮਨਦੀਪ ਕੌਰ ਜੀ, ਅੱਜ ਜਿਹੜਾ ਤੁਸੀਂ ਰੋਜ਼ ਮੁਜ਼ਾਹਰਾ ਕਰ ਰਹੇ ਹੋ, ਕਿਉਂ ਕਰ ਰਹੇ ਹੋ, ਕੀ ਲੋੜ ਪੈ ਗਈ? ਜਿਹੜਾ ਅਸੀਂ ਅੱਜ ਜੋ ਇੱਥੇ ਧਰਨਾ ਲਗਾ ਰਹੇ ਹਾਂ, ਰੋਸ ਮੁਜ਼ਾਹਰਾ, ਥਾਲੀ ਖੜਕਾਓ, ਮੋਦੀ ਜਗਾਓ, ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਅਸੀਂ ਦੇਣੇ ਆ ਸਿਵਲ ਸਰਜਨ ਦਫ਼ਤਰ ਸਾਹਿਬ ਨੂੰ, ਇਹ ਸਾਡਾ ਮੋਦੀ ਸਰਕਾਰ ਖਿਲਾਫ਼ ਪੂਰਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ ਕੇਂਦਰ ਸਰਕਾਰ ਦੇ। ਅਸੀਂ 2008 ਤੋਂ ਰੱਖੇ ਹੋਏ ਮੁਲਾਜ਼ਮ ਹਾਂ, ਪਰ ਸਾਨੂੰ ਹਜੇ ਤੱਕ ਨਿਗੂਣੇ ਜਿਹੇ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ, ਪਰ ਆਸ਼ਾ ਵਰਕਰ ਵੱਲ ਜਿਹੜਾ ਕੋਈ ਵੀ ਉਹ ਜਿਹੜਾ ਧਿਆਨ ਨਹੀਂ ਦੇ ਰਹੀ। ਉਹਦੇ ਸੰਬੰਧ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਘੱਟੋ ਘੱਟ ਪੇ ਉਜਰਤ ਦੇ ਕਾਨੂੰਨ ਦੇ ਮੁਤਾਬਕ 21000 ਰੁਪਇਆ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਸਰਕਾਰ ਆਸ਼ਾ ਵਰਕਰ ਨੂੰ ਉਹਦਾ ਬਣਦਾ ਇਨਸੈਂਟਿਵ ਜਾਂ ਉਹਦੀ ਬਣਦਾ ਮਿਹਨਤਾਨਾ ਨਹੀਂ ਦੇ ਰਹੀ। ਜੇ ਸਾਡੇ 'ਤੇ ਤੁਸੀਂ ਪੁੱਛਿਆ ਇਲਜ਼ਾਮਾਂ ਬਾਰੇ, ਉਹਦਾ ਵੀ ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਹਾਂ। ਸ਼ਰਮ ਚਾਹੀਦੀ ਆ ਵੀ ਜਿਹੜੀਆਂ ਇੱਕ ਆਸ਼ਾ ਵਰਕਰ ਜਦੋਂ ਲੈ ਕੇ ਆਉਂਦੀ ਹੈਗੀ ਪ੍ਰੈਗਨੈਂਟ ਨੂੰ, 150 ਰੁਪਇਆ ਉਹਨੂੰ ਦਿੱਤਾ ਜਾਂਦਾ ਨਾਈਟ ਦਾ, ਉਹ ਵੀ ਜਨਰਲ ਦੀ ਨਾਈਟ ਪਾਉਣੀ ਨਹੀਂ, ਐਸਸੀ ਦੀ ਨਾਈਟ ਪਾਉਣੀ ਆ। ਘਰ ਗਰੀਬ ਆਸ਼ਾ 2 ਬੱਚੇ ਛੱਡ ਕੇ ਆਉਂਦੀ ਆ, ਬੁੱਢੇ ਸੱਸ ਸਹੁਰਾ ਛੱਡ ਕੇ ਆਉਂਦੀ ਆ, 2-2 ਰਾਤਾਂ ਸਿਵਲ 'ਚ ਉਹਨੂੰ ਲੱਗ ਜਾਂਦੀਆਂ, ਤਾਂ ਪਰ ਉਹਨੇ ਘਰ ਜਾ ਕੇ ਕੀ ਮੂੰਹ ਵਿਖਾਉਣਾ? ਮਜਬੂਰ ਕੀਤਾ ਜਾਂਦਾ, ਉਹ ਵੀ ਜਿਹੜੀਆਂ 10% ਮੇਰੀਆਂ ਭੈਣਾਂ ਗਰੀਬ ਕਮਜ਼ੋਰ ਨੇ, ਉਹਨਾਂ ਨੂੰ ਮਜਬੂਰ ਹੋ ਕੇ ਕੰਮ ਕਿਉਂ ਕਰਨੇ ਪੈਂਦੇ? ਆਸ਼ਾ ਵਰਕਰਾਂ ਨੂੰ ਇਹ ਕੰਮ ਮਜਬੂਰ ਹੋ ਕੇ ਆਸ਼ਾ ਵਰਕਰਾਂ ਨੂੰ ਬਣਦਾ, ਉਹਨਾਂ ਦਾ ਮਿਹਤਾਨਾ ਦਿੱਤਾ ਜਾਵੇ, ਪੂਰੀ ਤਨਖਾਹ ਦਿੱਤੀ ਜਾਵੇ। ਹਾਂ, ਜਿੱਥੇ ਇਲਜ਼ਾਮ ਲਗਾਉਂਦੇ ਆ ਉੱਥੇ ਅਸੀਂ ਸਪਸ਼ਟੀਕਰਨ ਦੇਵਾਂਗੇ, ਜਿੱਥੇ ਮਰਜ਼ੀ ਸਾਨੂੰ ਬੁਲਾਇਆ ਜਾਵੇ। ਪਲੀਜ਼।